ਆਕਾਸ਼ ਫੈਲਿਆ ਹੋਇਆ ਬਹੁਤ ਦੂਰ ਤੱਕ, ਆਕਾਸ਼ ਦਾ ਕੋਈ ਅੰਤ ਨਹੀਂ ਹੈ। ਇਸੇ ਪ੍ਰਕਾਰ ਪ੍ਰਮਾਣ ਦਿੱਤਾ ਕਿ ਆਕਾਸ਼ ਦੀ ਤਰ੍ਹਾਂ ਵਿਆਪਕ ਹੋ ਤੁਸੀਂ। ਅਗੰਜ, ਗੰਜ ਨਾਮ ਜਿਹੜਾ ਹੈ ਟੁੱਟਣ ਦਾ ਹੈ, ਤੁਸੀਂ ਟੁੱਟਣ ਤੋਂ ਰਹਿਤ ਹੋ। ਅਭੰਜ, ਭੰਜ ਨਾਮ ਨਾਸ ਹੋਣਾ, ਨਾਸ ਤੋਂ ਰਹਿਤ ਹੋ। ਅਲੱਖ, ਲਖਣਾ ਕਿਸੇ ਚੀਜ਼ ਨੂੰ ਜਾਣਨਾ, ਅਲੱਖ ਹੁੰਦਾ ਜੋ ਜਾਣਿਆ ਨਾ ਜਾ ਸਕੇ, ਜਿਹਨੂੰ ਕੋਈ ਲੱਖ ਨਾ ਸਕੇ। ਅਭਖ, ਜੋ ਭਖਣ ਤੋਂ ਰਹਿਤ ਹੈ, ਜਿਵੇਂ ਭਖਣਾ ਕਿਸੇ ਚੀਜ਼ ਨੂੰ ਖਾਣਾ। ਅੱਗ ਲੱਕੜਾਂ ਨੂੰ ਭਖ ਜਾਂਦੀ ਹੈ, ਧਰਤੀ ਪਾਣੀ ਨੂੰ ਭਖ ਜਾਂਦਾ ਹੈ, ਜਿਵੇਂ ਤੱਤ ਇੱਕ ਦੂਜੇ ਨੂੰ ਭਖ ਜਾਂਦੇ ਨੇ, ਖਾ ਜਾਂਦੇ ਨੇ। ਹਰੇਕ ਚੀਜ਼ ਹਰੇਕ ਨੂੰ ਭਖ ਜਾਂਦੀ ਹੈ। ਸ਼ੇਰ ਖਾ ਜਾਂਦਾ, ਭਖ ਜਾਂਦਾ, ਸੱਪ ਡੱਡੂਆਂ ਨੂੰ ਭਖ ਜਾਂਦਾ, ਇਹ ਹੈ ਭਖਣਾ। ਵਿਸ਼ਵਕਾਰ ਜਿਹੜੇ ਨੇ ਬੰਦੇ ਨੂੰ ਭਖ ਜਾਂਦੇ ਨੇ, ਪਰ ਤੁਸੀਂ ਅਪੱਖ ਹੋ, ਤੁਹਾਨੂੰ ਕੋਈ ਨਹੀਂ ਭਖ ਸਕਦਾ, ਖਾ ਨਹੀਂ ਸਕਦਾ, ਕੋਈ ਨਾਸ ਨਹੀਂ ਕਰ ਸਕਦਾ। ਇਹ ਬਾਣੀ ਵਿੱਚ ਵੀ ਅੱਖਰ ਆਉਂਦਾ, ਲੋਭੀ ਜੰਤ ਨਾ ਜਾਣੇ ਭਖ, ਅਪੱਖ ਸਭ ਖਾਏ। ਲੋਭੀ ਬੰਦਾ ਨਹੀਂ ਜਾਣਦਾ ਕਿ ਖਾਣ ਵਾਲੀ ਕਿ ਕੀ ਖਾਣ ਵਾਲੀ ਹੈ ਜਾਂ ਨਾ ਖਾਣ ਵਾਲੀ, ਉਹ ਸਭ ਖਾ ਜਾਂਦਾ। ਅਪੱਖ ਹੈ ਪਰਮੇਸ਼ੁਰ, ਪਰਮੇਸ਼ੁਰ ਨੂੰ ਕੋਈ ਖਾ ਸਕਦਾ? ਜੇ ਤੱਤ ਤੱਤਾਂ ਨੂੰ ਖਾ ਜਾਂਦੇ ਨੇ, ਤੁਹਾਨੂੰ ਕੋਈ ਖਾ ਨਹੀਂ ਸਕਦਾ। ਅਕਾਲ, ਕਾਲ ਤੋਂ ਰਹਿਤ ਹੋ, ਮੌਤ ਤੋਂ ਰਹਿਤ ਹੈ ਤੁਹਾਡੀ ਹਸਤੀ। ਦਿਆਲ, ਦਿਆਲੂ ਸਰੂਪ ਹੋ ਹਰ ਵਕਤ, ਕਦੋਂ ਵੀ ਕੋਈ ਵੀ ਤੁਹਾਡੇ ਕੋਲ ਆਉਂਦਾ ਦਿਆਲੂ ਹੋ, ਦਇਆ ਕਰਨ ਵਾਲੇ ਹੋ। ਅਲੇਖ, ਲੇਖਾਂ ਤੋਂ ਰਹਿਤ ਹੋ, ਤੁਹਾਡੇ ਮਸਤਕ 'ਤੇ ਕੋਈ ਲੇਖ ਨਹੀਂ, ਲੇਖਾਂ ਤੋਂ ਪਰੇ, ਲੇਖਿਆਂ ਤੋਂ ਪਰੇ। ਅਭੇਖ, ਭੇਖਾਂ ਤੋਂ ਰਹਿਤ ਹੋ, ਭੇਖਾਂ ਵਿੱਚ ਤੁਸੀਂ ਨਹੀਂ ਆਉਂਦੇ, ਨਾ ਭੇਖਾਂ 'ਤੇ ਪ੍ਰਸੰਨ ਹੁੰਦੇ ਹੋ। ਅਨਾਮ, ਨਾਮ ਤੋਂ ਰਹਿਤ ਹੋ, ਤੁਹਾਡਾ ਕੋਈ ਨਾਮ ਨਹੀਂ। ਜੇ ਕੋਈ ਕਹੇ ਕਿ ਰੱਬ ਦਾ ਨਾਮ, ਨਾਮ ਤਾਂ ਸਿਰਫ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਪਹੁੰਚਣ ਤੱਕ ਇੱਕ ਆਪਾਂ ਨੂੰ ਆਪਣੇ ਕੋਲੋਂ ਗੁਰਮੰਤਰ ਬਖਸ਼ਿਆ ਜਿਹੜਾ ਨਾਮ, ਪਰ ਤੇਰਾ ਵਾਸਤੇ 'ਚ ਕੋਈ ਨਾਮ ਨਹੀਂ ਹੈ। ਜਦੋਂ ਵਾਹਿਗੁਰੂ ਵਾਹਿਗੁਰੂ ਜੀਵ ਕਰਦਾ ਹੈ, ਇਹ ਇੱਕ ਬਹੁਤ ਉੱਚੀ ਅਵਸਥਾ ਹੈ ਜਿੱਥੇ ਜਾ ਕੇ ਵਾਹਿਗੁਰੂ ਸ਼ਬਦ ਵੀ ਬੰਦ ਹੋ ਜਾਂਦਾ ਹੈ। ਉਹ ਤਾਂ ਫਿਰ ਬਹੁਤ ਉੱਚੀ ਅਵਸਥਾ ਹੈ ਨਾ, ਫਿਰ ਸਧਾਰਨ ਬੰਦਿਆਂ ਨੂੰ ਇੰਨੀ ਉੱਚੀ ਅਵਸਥਾ ਦੀ ਗੱਲ ਦੱਸਣੀ ਵੀ ਨਹੀਂ ਚਾਹੀਦੀ। ਪਰ ਕਿਉਂਕਿ ਅਨਾਮ ਲਿਖਿਆ, ਇਸ ਕਰਕੇ ਇੱਥੇ ਅਨਾਮ ਦੀ ਵਿਆਖਿਆ ਆਈ ਹੈ। ਅਕਾਮ, ਕਾਮਨਾ ਤੋਂ ਰਹਿਤ ਹੋ, ਤੁਹਾਨੂੰ ਕੋਈ ਕਾਮਨਾ ਨਹੀਂ। ਜਿਹੜਾ ਤੁਹਾਡੇ ਨਾਲ ਜੁੜ ਮਿਲ ਜਾਂਦਾ ਹੈ, ਉਹ ਵੀ ਅਕਾਮ ਹੋ ਜਾਂਦਾ ਹੈ। ਅਗਾਹ, ਗਾਹ ਹੁੰਦਾ ਡੂੰਘਾ, ਬਹੁਤ ਡੂੰਘੇ ਹੋਣ, ਤੁਹਾਨੂੰ ਕੋਈ ਸਮਝ ਹੀ ਨਹੀਂ ਸਕਦਾ, ਕਿਸੇ ਨੂੰ ਤੁਹਾਡੀ ਸੋਝ ਹੀ ਨਹੀਂ ਪੈ ਸਕਦੀ। ਅਟਾਹ, ਢਾਹਣ ਤੋਂ ਰਹਿਤ, ਡਿੱਗਣ ਤੋਂ ਰਹਿਤ ਹੋ। ਜਿਵੇਂ ਢਹੇ ਹੁੰਦੇ ਨੇ, ਢਾਹੇ ਨਦੀ ਦੇ ਕਿਨਾਰੇ 'ਤੇ ਢਿੱਗਾਂ ਡਿੱਗ ਪੈਂਦੀਆਂ ਨੇ, ਇਸ ਤਰ੍ਹਾਂ ਨਹੀਂ ਤੁਸੀਂ ਡਿੱਗਦੇ ਫਿਰਦੇ। ਜਿਵੇਂ ਭਲਵਾਨ ਇੱਕ ਦੂਜੇ ਨੂੰ ਢਾਹ ਲੈਂਦੇ ਨੇ, ਤੁਸੀਂ ਇਉਂ ਢਹਿੰਦੇ ਨਹੀਂ ਹੋ। ਜਾਂ ਕਿਸੇ ਨੂੰ ਢਾਹ ਲੱਗ ਗਈ, ਜਿਵੇਂ ਢਾਹ ਵੀ ਨਹੀਂ ਲੱਗਦੀ ਤੁਹਾਨੂੰ। ਅਨਾਥੇ, ਨਾਥ ਹੁੰਦਾ ਮਾਲਕ,
ਅਨਾਥ ਹੋ ਤੁਸੀਂ, ਅਨਾਥੇ ਭਾਵ ਮਾਲਕ ਤੋਂ ਰਹਿਤ ਹੋ, ਤੁਹਾਡਾ ਕੋਈ ਮਾਲਕ ਨਹੀਂ ਹੈ। ਪਰਮਾਥੇ ਦਾ ਚੰਗੀ ਤਰ੍ਹਾਂ ਮਸਲ ਦੇਣਾ, ਚੰਗੀ ਤਰ੍ਹਾਂ ਮਲਣ ਵਾਲਿਓਂ ਵਿਸ਼ਿਆਂ ਵਿਕਾਰਾਂ ਨੂੰ, ਦੁਸ਼ਟਾਂ ਦੋ ਜਿਹੜੇ ਨੇ ਦੁਸ਼ਟ ਦੂਤ ਪਰਮੇਸ਼ਰ ਮਾਰੇ, ਅਜੋਨੀ ਜੂਨਾਂ ਤੋਂ ਰਹਿ ਤੋਂ ਜੂਨਾਂ ਵਿੱਚ ਨਹੀਂ ਆਉਂਦੇ, ਅਮੋਨੀ ਤੁਸੀਂ ਅਮੋਨੀ ਹੋ, ਮੌਨ ਤੋਂ ਰਹਿਤ ਹੋ, ਮੌਨ ਨਹੀਂ ਧਾਰਦੇ। ਇਹ ਵਾਹਿਗੁਰੂ ਦੇ ਸਾਰੇ ਗੁਣ ਹੀ ਕਥਨ ਕੀਤੇ ਨੇ ਮਹਾਰਾਜ ਨੇ, ਵਾਹਿਗੁਰੂ ਅਮੋਨ ਹੈ। ਨਾ ਰਾਜੇ, ਰਾਗ ਹੁੰਦਾ ਪ੍ਰੇਮ ਕਰਨਾ ਕਿਸੇ ਨਾਲ, ਇਹ ਰਾਗ ਅਤੇ ਦਵੈਸ਼ ਦੀ ਗੱਲ ਹੈ ਇੱਥੇ। ਪ੍ਰੇਮ ਤਾਂ ਸਾਰਿਆਂ ਨੂੰ ਹੀ ਕਰਦੇ ਨੇ, ਪਰ ਮਹਾਰਾਜ ਕਹਿੰਦੇ ਜਿਹੜਾ ਰਾਗ ਕਰਨਾ ਕਿਸੇ ਨਾਲ, ਖਾਮ ਖਾਈ ਪਿਆਰ ਕਰਨਾ, ਦੂਜੇ ਨਾਲ ਈਰਖਾ ਕਰਨੀ, ਤੁਹਾਡੇ ਅੰਦਰ ਨਹੀਂ ਹੈ ਇਸ ਤਰ੍ਹਾਂ। ਨਾ ਰਾਗ, ਨਾ ਦਵੈਸ਼, ਨਾ ਰੰਗੇ, ਨਾ ਕਿਸੇ ਪ੍ਰਕਾਰ ਦਾ ਰੰਗ ਹੈ, ਤੁਹਾਡਾ ਕੋਈ ਰੰਗ ਨਹੀਂ ਹੈ। ਚੱਕਰ ਚਿਹ ਨਰ ਬਰਨ ਜਾਤ ਹਰ ਪਾਤ ਨਹੀਂ, ਜੇ ਰੂਪ ਰੰਗ ਹਰ ਵੇਖ ਪੇ ਕੋ ਕਹਿ ਨਾ ਸਕਦੇ। ਨਾ ਰੂਪੇ, ਨਾ ਤੁਹਾਡਾ ਕੋਈ ਰੂਪ ਹੈ ਕਿ ਰੱਬ ਦਾ ਫਲਾਨਾ ਰੂਪ ਹੈ, ਫਲਾਨੇ ਵਰਗਾ ਹੈ। ਨਾ ਰੇਖੇ, ਨਾ ਤੁਹਾਡੀ ਕੋਈ ਰੇਖਾ ਹੈ, ਮੱਛ ਕੱਛ ਆਦਿਕ ਰੇਖਾ, ਮਸਤਕ ਦੀਆਂ ਰੇਖਾ, ਇਹ ਜੀ ਹੱਥਾਂ ਦੀਆਂ ਰੇਖਾ ਅਤੇ ਪੈਰਾਂ ਦੀਆਂ ਰੇਖਾ, ਇਹ ਨਹੀਂ ਹਨ ਤੁਹਾਡੀਆਂ। ਅਕਰਮੰ, ਕਰਮ ਤੋਂ ਰਹਿਤ ਹੋ, ਕੋਈ ਕਰਮ ਨਹੀਂ ਕਰਦੇ ਹੋ। ਤੁਹਾਡਾ ਜਿਹੜਾ ਕਰਮ ਹੈ, ਕਿਉਂਕਿ ਕਰਮ ਉਹ ਆ ਜਾਂਦਾ ਜਿਹੜਾ ਆਪਾਂ ਸੰਸਾਰੀ ਜੀਵ ਕਰਦੇ ਹਾਂ। ਜਦੋਂ ਤੁਸੀਂ ਇਹ ਸੰਸਾਰ ਵਿੱਚ ਹੀ ਨਹੀਂ ਆਏ ਜੀਵ ਰੂਪ ਹੋ ਕੇ, ਤੁਸੀਂ ਕਰਮ ਕੀ ਕਰਨੇ ਨੇ? ਕਹਿੰਦੇ ਮੈਂ ਤਾਂ ਅਕਰਮ ਹਾਂ, ਮੈਂ ਕੋਈ ਕਰਮ ਨਹੀਂ ਕਰਦਾ। ਅਭਰਮ, ਭਰਮ ਤੋਂ ਰਹਿਤ, ਭਟਕਣਾ ਤੋਂ ਰਹਿਤ, ਭੁਲੇਖਿਆਂ ਤੋਂ ਰਹਿਤ। ਅਗੰਜੇ, ਗੰਜੇ ਭਾਵ ਕਿਸੇ ਨੂੰ ਗੰਜਣਾ, ਟੁਕੜੇ ਟੁਕੜੇ ਕਰਨਾ, ਟੁਕੜੇ ਟੁਕੜੇ ਹੋਣ ਤੋਂ ਰਹਿਤ ਹੋ, ਨਾਸ਼ ਤੋਂ ਰਹਿਤ ਹੋ। ਅਲੇਖੇ, ਲੇਖ ਤੋਂ ਰਹਿਤ ਹੋ, ਲੇਖਿਆਂ ਵਿੱਚ ਨਹੀਂ ਹੋ, ਕਿ ਰੱਬ ਤੋਂ ਫਲਾਨੇ ਲੇਖੇ ਲੈਣੇ ਨੇ, ਲੇਖਿਆਂ ਤੋਂ ਬਾਹਰ ਹੋ ਆਪ। ਭੁਜੰਗ, ਪ੍ਰਿਆਤ, ਛੰਦ, ਨਮਸਤੁਲ, ਪ੍ਰਣਾਮੇ, ਨਮਸਤੁਲ ਜੋ ਨਮਸਕਾਰ ਕਰਨ ਯੋਗ ਹੈ, ਨਮਸਤੁਲ ਜੋ ਨਮਸਤੁਲ ਨਮਸਕਾਰ ਕਰਨ ਯੋਗ ਹੈ, ਉਸ ਨੂੰ ਮੈਂ ਕਰਦਾ ਹਾਂ ਪ੍ਰਣਾਮੇ, ਮੇਰੀ ਉਹਨੂੰ ਪ੍ਰਣਾਮ ਹੈ, ਮੇਰੀ ਨਮਸਕਾਰ ਹੈ, ਜੋ ਨਮਸਕਾਰ ਕਰਨ ਯੋਗ ਹੈ। ਜਿਹੜਾ ਨਾ ਯੋਗ ਹੋਵੇ ਉਹਨੂੰ ਨਾ ਮੱਥਾ ਟੇਕੋ। ਮਹਾਰਾਜ ਕਹਿੰਦੇ ਅਯੋਗ ਨੂੰ ਨਾ ਮੱਥਾ ਟੇਕੋ। ਮੱਥਾ ਟੇਕਣ ਨੂੰ ਸਿਰਫ ਇੱਕ ਯੋਗ ਗੁਰੂ ਗ੍ਰੰਥ ਸਾਹਿਬ, ਅਕਾਲ ਪੁਰਖ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਮਹਾਰਾਜ ਕਹਿੰਦੇ ਜੇ ਬੰਦਨਾ ਕਰਨੀ ਹੈ ਤਾਂ ਅਕਾਲ ਪੁਰਖ ਨੂੰ ਕਰੋ। ਸਮਸਤਲ ਪ੍ਰਣਾਸੇ, ਸਮਸਤਲ ਸਾਰਿਆਂ ਨੂੰ ਪ੍ਰਣਾਸੇ, ਨਾਸ ਕਰਨ ਵਾਲੇ, ਜਦੋਂ ਜੀ ਚਾਹੇ ਸਾਰਿਆਂ ਨੂੰ ਤੁਸੀਂ ਬਣਾ ਵੀ ਦਿੰਦੇ ਹੋ, ਪਾਲ ਵੀ ਦਿੰਦੇ ਹੋ, ਨਾਸ਼ ਵੀ ਤੁਸੀਂ ਹੀ ਕਰਦੇ ਹੋ ਇਹਨਾਂ ਜੀਵਾਂ ਦਾ। ਅਗੰਜੁਲ, ਅਨਾਮੇ, ਪਰ ਆਪ ਅਗੰਜ ਹੋ, ਕੱਟਣ ਤੋਂ ਰਹਿਤ ਹੋ, ਨਾਮ ਤੋਂ ਰਹਿਤ ਹੋ। ਸਮਸਤ ਨਿਵਾਸੇ, ਸਾਰਿਆਂ ਦੇ ਵਿੱਚ ਨਿਵਾਸ ਕਰਦੇ ਹੋ, ਪਰ ਤੁਹਾਡਾ ਨਿਵਾਸ ਸਾਰਿਆਂ ਦੇ ਵਿੱਚ ਹੈ,
ਤਾਂ ਕਹਿੰਦੇ ਆਤਮਾ ਨੂੰ ਕੋਈ ਨਾ ਕੱਟ ਸਕਦਾ, ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਡੁਬੋ ਸਕਦਾ। ਵਾਸਤਵ ਵਿੱਚ ਆਪਣਾ ਵੀ ਉਹੀ ਸਰੂਪ ਹੈ, ਆਤਮਾ ਨੂੰ ਕੋਈ ਕੁਛ ਨਹੀਂ ਕਰ ਸਕਦਾ, ਆਪਣੇ ਅੰਦਰ ਆਤਮਾ ਹੈ। ਸਰੀਰ ਡੁੱਬ ਜਾਂਦੇ ਪਾਣੀ, ਸਰੀਰ ਸੜ ਜਾਂਦੇ ਨੇ, ਸਰੀਰ ਕੱਟੇ ਜਾਂਦੇ ਨੇ, ਸਰੀਰ ਵੱਢੇ ਜਾਂਦੇ ਨੇ, ਸਰੀਰ ਨਾਸ਼ਵੰਤ ਹੈ ਪਰ ਆਤਮਾ ਤਾਂ ਨਹੀਂ, ਉਹਨੂੰ ਤਾਂ ਕੁਛ ਵੀ ਨਹੀਂ ਹੁੰਦਾ। ਸਰੀਰ ਨਾਸ਼ਵੰਤ ਹੈ ਪਰ ਆਤਮਾ ਤਾਂ ਨਹੀਂ, ਉਹਨੂੰ ਤਾਂ ਕੁਛ ਵੀ ਨਹੀਂ ਹੁੰਦਾ। ਆਤਮਾ ਤਾਂ ਮਰਦੀ ਨਹੀਂ, ਕੱਟੀ ਵੀ ਨਹੀਂ ਜਾਂਦੀ, ਸੜਦੀ ਵੀ ਨਹੀਂ, ਕਿਉਂਕਿ ਆਤਮਾ ਪਰਮਾਤਮਾ ਦਾ ਰੂਪ, ਪਰਮਾਤਮਾ ਦਾ ਹੀ ਰੂਪ ਹੈ ਆਤਮਾ। ਉਹਨੂੰ ਸਿਰਫ ਇੰਨਾ ਕਰਨਾ ਕਿ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ। ਅੰਦਰੋਂ ਆਤਮਾ ਤੇ ਪਰਮਾਤਮਾ ਨੂੰ ਇੱਕ ਕਰਨਾ। ਇਸ ਕਰਕੇ ਮਹਾਰਾਜ ਕਹਿੰਦੇ ਸਾਰਿਆਂ ਵਿੱਚ ਨਿਵਾਸ ਤੁਸੀਂ ਕਰਦੇ ਹੋ, ਨਿਰਕਾਮੰਗ ਵਿਭੂਤੇ, ਨਿਰਕਾਮੰਗ ਕਾਮਨਾ ਤੋਂ ਰਹਿਤ ਹੋ ਤੁਸੀਂ, ਵਿਭੂਤੀ ਵਾਲੇ ਹੋ, ਨਾਮ ਧੰਨ ਦੇ ਖਜ਼ਾਨੇ ਤੁਹਾਡੇ ਭਰੇ ਪਏ ਨੇ, ਸਮਸਤੁਲ ਸਰੂਪੇ, ਸਾਰੇ ਸਰੂਪ ਤੁਸੀਂ ਆਪ ਹੀ ਹੋ, ਸਾਰੇ ਸਰੂਪ ਤੇਰੇ ਹੀ ਨੇ। ਕੁਕਰਮੰਗ ਪ੍ਰਣਾਸੀ, ਜਿਹੜੇ ਕੁਕਰਮ ਨੇ, ਖੋਟੇ ਕਰਮ ਨੇ, ਇਹਨਾਂ ਨੂੰ ਪ੍ਰਣਾਸੀ ਤੋਂ ਭਾਵ ਨਾਸ਼ ਕਰਨ ਵਾਲੇ ਹੋ, ਖੋਟੇ ਕਰਮਾਂ ਨੂੰ ਨਾਸ਼ ਕਰਦੇ ਹੋ। ਸੁਧਰਮੰਗ ਵਿਭੂਤੇ, ਸੁਧਰਮੰਗ ਜਿਹੜਾ ਸ੍ਰੇਸ਼ਟ ਧਰਮ ਹੈ, ਜਿੰਨੇ ਧਰਮ ਨੇ ਉਹਨਾਂ ਧਰਮਾਂ ਨੂੰ ਦੇਣ ਵਾਲੇ ਤੁਸੀਂ ਹੋ। ਬੰਦੇ ਨੂੰ ਧਰਮ ਤੁਸੀਂ ਕਮਾਉਣ ਨੂੰ ਬਖਸ਼ਿਸ਼ ਕਰਦੇ ਹੋ ਤਾਂ ਉਹ ਕਮਾਉਂਦਾ, ਧਰਮ ਦੀ ਵਿਭੂਤੀ ਤੁਹਾਡੇ ਪਾਸ ਹੈ। ਜੇ ਤੁਸੀਂ ਧਰਮ ਨਾ ਦਿਓ ਤਾਂ ਕੋਈ ਕਮਾ ਨਹੀਂ ਸਕਦਾ। ਧਰਮ ਅਰਥ ਅਰ ਕਾਮ ਮੋਖ, ਇਹ ਚਾਰ ਪਦਾਰਥ ਨੇ, ਇਹਨਾਂ 'ਚ ਧਰਮ ਵੀ ਪਦਾਰਥ ਹੈ। ਕਿਸੇ ਕਿਸੇ ਬੰਦੇ ਨੂੰ ਧਰਮ ਦਿੰਦਾ ਤਾਂ ਉਹ ਧਰਮ ਹੀ ਬਣਦਾ ਹੈ। ਸਦਾ ਸੱਚ ਦਾ ਆਨੰਦ, ਤੁਸੀਂ ਸਦਾ ਹੀ ਸੱਤ ਚੇਤਨ ਆਨੰਦ ਸਰੂਪ ਹੋ, ਤਿੰਨਾਂ ਕਾਲਾਂ ਵਿੱਚ ਸੱਤ ਹੋ, ਚੇਤਨ ਸੱਤਾ ਦੇਣ ਵਾਲੇ ਹੋ, ਆਨੰਦ ਸਰੂਪ ਹੋ। ਸਤਰੰਗ ਪ੍ਰਣਾਸੀ, ਸਤਰੰਗ ਜਿਹੜੇ ਦੁਸ਼ਮਣ ਨੇ ਇਹਨਾਂ ਨੂੰ ਪ੍ਰਣਾਸੀ ਚੰਗੀ ਤਰ੍ਹਾਂ ਨਾਸ਼ ਕਰਨ ਵਾਲੇ ਹੋ। ਕ੍ਰੀਮੁਲ ਕੁਨਿੰਦਾ, ਕੁਨਿੰਦਾ ਹੁੰਦਾ ਕਰਨ ਵਾਲਾ, ਕ੍ਰੀਮ ਬਖਸ਼ਿਸ਼, ਬਖਸ਼ਿਸ਼ ਕਰਨ ਵਾਲੇ ਹੋ ਤੁਸੀਂ। ਸਮਸਤੁਲ ਨਿਵਾਸੀ, ਸਾਰਿਆਂ ਦੇ ਵਿੱਚ ਨਿਵਾਸ ਕਰਦੇ ਹੋ, ਕੋਈ ਐਸਾ ਥਾਂ ਨਹੀਂ, ਕੋਈ ਐਸਾ ਸਰੀਰ ਨਹੀਂ ਜਿੱਥੇ ਤੁਸੀਂ ਨਿਵਾਸ ਨਹੀਂ ਕਰਦੇ। ਜਿਹੜੀ ਚੀਜ਼ ਤੁਸੀਂ ਬਣਾ ਦਿੱਤੀ ਆਪ, ਉਸੇ ਚੀਜ਼ ਵਿੱਚ ਵਿਰਾਜਮਾਨ ਹੋ ਜਾਂਦੇ ਹੋ। ਹਰੇਕ ਚੀਜ਼ ਵਿੱਚ ਹੋ ਤੁਸੀਂ, ਜਿੰਨੀਆਂ ਤੁਸੀਂ ਬਣਾਈਆਂ ਨੇ ਚੀਜ਼ਾਂ, ਅਸੀਂ ਨਹੀਂ ਕਹਿ ਸਕਦੇ ਹੱਥ ਲਾ ਕੇ ਵੀ ਇਹਦੇ ਵਿੱਚ ਪਰਮੇਸ਼ਰ ਨਹੀਂ ਹੈ। ਹਰ ਇੱਕ ਜਗ੍ਹਾ ਦੇ ਉੱਤੇ ਤੁਹਾਡਾ ਵਾਸਾ ਹੈ। ਅਜਾਇਬ ਵਿਭੂਤੇ, ਤੁਹਾਡੀ ਜਿਹੜੀ ਵਿਭੂਤੀ ਹੈ ਨਾ, ਦੌਲਤ ਹੈ, ਨਾਮ ਰੂਪੀ ਦੌਲਤ, ਇਹ ਅਜਾਇਬ ਹੈ, ਅਸਚਰਜ ਹੈ। ਨਾਮ ਦੀ ਦੌਲਤ ਅਜਬ ਅਜਾਇਬ ਹੈ ਤੁਹਾਡੀ। ਇਹ ਦੌਲਤ ਕਰਕੇ ਹੀ ਸਾਰਾ ਕੁਝ ਬਣਦਾ। ਜਿਹਦੇ ਕੋਲ ਨਾਮ ਹੈ ਉਹਦੇ ਕੋਲ ਸਾਰਾ ਕੁਝ ਹੀ ਹੈ। ਗਜ਼ਾਇਬ ਗਨੀਮੇ, ਗਜ਼ਾਇਬ ਗਜਬ ਢਾ ਦਿੰਦੇ ਹੋ, ਕਹਿਰ ਦਾ ਗਜਬ ਕਰਦੇ ਹੋ ਗਨੀਮੇ ਦੁਸ਼ਮਣਾਂ ਦੇ ਉੱਤੇ, ਐਸੇ ਮਜ਼ੇ ਚਖਾਉਂਦੇ ਹੋ ਫਿਰ ਦੁਸ਼ਮਣ ਨੂੰ। ਇੱਕੋ ਦਿਨ ਵਿੱਚ ਸਵੇਰੋਂ ਲੈ ਕੇ ਸ਼ਾਮ ਤੱਕ ਜੰਗ ਕਰਕੇ ਸਾਰਿਆਂ ਨੂੰ ਖਪਾ ਕੇ ਟੋਆ ਪੱਟ ਕੇ ਵਿੱਚ ਦੱਬ ਦਿੰਦੇ ਹੋ ਦੁਸ਼ਮਣ ਤੇ, ਐਸਾ ਕਹਿਰ ਗੁਜ਼ਾਰਦੇ ਹੋ ਤੁਸੀਂ। ਹਰੀਅੰਗ, ਸਾਰਿਆਂ ਜੀਵਾਂ ਨੂੰ ਹਰੀਅੰਗ ਹੁੰਦਾ ਨਾਸ਼ ਕਰਨਾ।
ਹਰੀਅੰਗ ਨਾਸ ਕਰ ਦਿੰਦੇ ਹੋ, ਕਰੀਅੰਗ ਪੈਦਾ ਕਰਨ ਵਾਲੇ ਹੋ, ਕਰੀਅੰਗ ਪਾਲਣਾ ਕਰਨ ਵਾਲੇ ਹੋ। ਹਰੀਅੰਗ ਹਰੇ ਭਰੇ ਕਰਨਾ ਵੀ ਹੁੰਦਾ, ਹਰੇ ਭਰੇ ਕਰਨ ਵਾਲੇ ਵੀ ਆਪ ਹੋ। ਕਰੀਮ ਉਲ ਰਹੀਮੇ, ਕਰੀਮ ਬਖਸ਼ਿਸ਼ ਕਰਨ ਵਾਲੇ ਹੋ, ਰਹੀਮ ਰਹਿਮ ਕਰਨ ਵਾਲੇ ਹੋ। ਸਾਰਿਆਂ ਜੀਵਾਂ ਦੇ ਉੱਤੇ ਆਪ ਜੀ ਰਹਿਮ ਕਰਦੇ ਹੋ, ਬਖਸ਼ਿਸ਼ ਕਰਦੇ ਹੋ, ਕਿਉਂਕਿ ਆਪਾਂ ਨੇ ਵੀ ਇਹ ਪੜ੍ਹ ਕੇ ਵਾਹਿਗੁਰੂ ਬਾਰੇ ਵਿਚਾਰ ਕਰਨੀ ਕਿ ਸਾਡੇ 'ਤੇ ਕਿੰਨੀ ਕੁ ਕਰੀਮ ਕੀਤੀ ਵਾਹਿਗੁਰੂ ਨੇ, ਕਿੰਨੀ ਕੁ ਬਖਸ਼ਿਸ਼ ਕੀਤੀ ਹੈ, ਕਿੰਨਾ ਕੁ ਰਹਿਮ ਕੀਤਾ ਹੈ। ਚੱਤਰ ਚੱਕਰ ਵਰਤੀ, ਚੌਹਾਂ ਚੱਕਾਂ ਦੇ ਵਿੱਚ ਤੁਸੀਂ ਵਰਤਦੇ ਹੋ, ਵਰਤਣ ਵਾਲੇ ਹੋ ਚੌਹਾਂ ਚੱਕਾਂ ਦੇ ਵਿੱਚ। ਪੂਰਬ ਪੱਛਮ ਉੱਤਰ ਦੱਖਣ ਹਰੇਕ ਜਗ੍ਹਾ ਦੇ ਉੱਤੇ ਤੁਸੀਂ ਵਰਤਦੇ ਹੋ। ਚੱਤਰ ਚੱਕਰ ਭੁਗਤੇ, ਚੌਹਾਂ ਚੱਕਾਂ ਦੇ ਲੋਕਾਂ ਦੇ ਵਿੱਚ ਤੁਸੀਂ ਬੈਠ ਕੇ ਭੋਗਣ ਵਾਲੇ ਵੀ ਆਪ ਹੀ ਹੋ। ਹਰੇਕ ਵਿੱਚ ਚੌਹਾਂ ਚੱਕਾਂ ਤੋਂ ਭਾਵ ਪੂਰੀ ਧਰਤੀ ਦੇ ਉੱਤੇ, ਪੂਰੀਆਂ ਧਰਤੀਆਂ ਬ੍ਰਹਿਮੰਡਾਂ ਦੇ ਵਿੱਚ ਜਿੰਨੇ ਜੀਵ ਨੇ, ਹਰੇਕ ਦੇ ਵਿੱਚ ਬੈਠ ਕੇ ਭੁਗਤਣ ਵਾਲੇ ਵੀ ਆਪ ਹੋ, ਛਕਣ ਵਾਲੇ ਵੀ ਆਪ ਹੋ, ਛਕਾਉਣ ਵਾਲੇ ਵੀ ਆਪ ਹੋ, ਬੋਲਣ ਵਾਲੇ ਵੀ ਆਪ ਹੋ, ਸੁਣਨ ਵਾਲੇ ਵੀ ਆਪ ਹੋ, ਸਾਰਾ ਕੁਛ ਆਪ ਹੀ ਕਰਦੇ ਹੋ। ਮੰਨਣ ਵੀ ਆਪ ਹੀ ਕਰਦੇ ਹੋ ਵਿੱਚ ਬੈਠ ਕੇ, ਕਮਾਉਣਾ ਵੀ ਆਪ ਹੀ ਕਰਦੇ ਹੋ। ਸਵੈ ਭਵ, ਸਵੈ ਅਨੁਭਵ, ਜਿਹੜਾ ਸੈ ਭੰਗ ਸੁਤੇ ਪ੍ਰਕਾਸ਼ ਹੋ ਤੁਸੀਂ, ਤੁਹਾਨੂੰ ਪ੍ਰਕਾਸ਼ ਲੈਣ ਦੀ ਕਿਤੋਂ ਲੋੜ ਨਹੀਂ ਪੈਂਦੀ ਕਿ ਮੈਂ ਫਲਾਨੇ ਤੋਂ ਪ੍ਰਕਾਸ਼ ਲੈ ਕੇ ਫੇਰ ਪ੍ਰਕਾਸ਼ਮਾਨ ਹੋਣਾ ਹੈ। ਸਵੈ ਅਨੁਭਵ, ਸੁਭੰਗ ਸ਼ੁਭ ਹੁੰਦਾ, ਸਾਰਿਆਂ ਨਾਲੋਂ ਸ਼ੁਭ ਹੋ ਤੁਸੀਂ, ਸ੍ਰੇਸ਼ਠ ਹੋ, ਸਾਰੇ ਗੁਣਾਂ ਦੇ ਸੰਯੁਕਤ ਹੋ। ਸਰਬਦਾ ਸਰਬ ਜੁਗਤੇ, ਸਰਬਦਾ ਹੁੰਦਾ ਸਾਰਿਆਂ ਸਮਿਆਂ ਦੇ ਵਿੱਚ ਸਰਬ ਸਾਰਿਆਂ ਨਾਲ ਜੁਗਤੇ ਜੁੜੇ ਹੋਏ ਹੋ, ਕਿਸੇ ਸਮੇਂ ਵੀ ਸਾਡੇ ਨਾਲੋਂ ਵੱਖਰੇ ਨਹੀਂ ਹੁੰਦੇ ਹੋ। ਸਾਡੇ ਅੰਦਰ ਸਾਡੇ ਬਾਹਰ ਇਉਂ ਜਿਵੇਂ ਮੱਛਲੀ ਪਾਣੀ ਦੇ ਵਿੱਚ ਹੁੰਦੀ ਹੈ, ਮੱਛਲੀ ਦੇ ਅੰਦਰ ਵੀ ਪਾਣੀ, ਮੱਛਲੀ ਦੇ ਬਾਹਰ ਵੀ ਪਾਣੀ ਹੁੰਦਾ ਹੈ। ਇਸੇ ਤਰ੍ਹਾਂ ਹੀ ਮਹਾਰਾਜ ਜਿਵੇਂ ਕਹਿੰਦੇ, ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾਂ, ਜਾਂ ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਪਰ ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਇਹ ਜਿਹਨੂੰ ਜਣਾ ਦਿੰਦੇ ਹੋ ਕਿ ਮੈਂ ਸਾਰਿਆਂ ਨਾਲ ਜੁੜਿਆ ਹੋਇਆ ਹਾਂ। ਕਿਸੇ ਮਹਾਤਮਾ ਦੀ ਕੋਈ ਗੁਰਮੁਖ ਪਿਆਰਾ ਰਾਤ ਨੂੰ ਸੇਵਾ ਕਰ ਰਿਹਾ ਸੀ, ਚਰਨ ਚਾਪੀ ਕਰਦਿਆਂ ਕਰਦਿਆਂ ਕਹਿੰਦੇ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਰੱਬ ਕਹਿੰਦੇ ਨੇ ਸਾਰਿਆਂ ਦੇ ਨਾਲ ਹੈ, ਸਾਰਿਆਂ ਵਿੱਚ ਜੁੜਿਆ ਕਿਵੇਂ ਹੋਇਆ ਉਹ। ਮਹਾਤਮਾ ਅੰਤਰਜਾਮੀ ਹੁੰਦੇ ਨੇ ਪਰ ਬੋਲਦੇ ਨਹੀਂ, ਦਿਖਾ ਦਿੰਦੇ ਨੇ। ਕਹਿੰਦੇ ਮੈਨੂੰ ਹੀ ਉਹਨਾਂ ਨੇ ਇਉਂ ਕੌਤਕ ਦਿਖਾਇਆ ਕਿ ਬੜੀ ਬਰੀਕ ਜਿਹੀਆਂ ਪ੍ਰਕਾਸ਼ ਦੀਆਂ ਤਾਰਾਂ ਆਉਂਦੀਆਂ ਨੇ ਉੱਪਰੋਂ, ਜਿਵੇਂ ਧਾਗਾ ਹੁੰਦਾ ਹੈ, ਧਾਗੇ ਜਿੰਨੀਆਂ ਬਰੀਕ ਲਾਈਟਾਂ ਜਿਹੀਆਂ ਆਉਂਦੀਆਂ ਔਰ ਹਰੇਕ ਬੰਦੇ ਦੇ ਉੱਤੇ ਪੈ ਰਹੀਆਂ ਨੇ। ਇਸ ਪ੍ਰਕਾਰ ਕੌਤਕ ਪਰਮਾਤਮਾ ਦਿਖਾ ਦਿੰਦੇ ਨੇ ਕਿ ਮਹਾਰਾਜ ਕਹਿੰਦੇ ਵੈਸੇ ਤਾਂ ਮੈਂ ਸਾਰਿਆਂ ਦੇ ਅੰਦਰ ਹੀ ਬੈਠਾ ਹਾਂ, ਸਾਰਿਆਂ ਦੇ ਬਾਹਰ ਹੀ ਬੈਠਾ ਹਾਂ, ਪਰ ਹਾਂ ਮੈਂ ਗੁਪਤ ਮਿਹਨਤ ਕਰਨ ਨਾਲ ਮਿਲਦਾ ਹਾਂ। ਸਿਮਰਨ ਜਿੰਨਾ ਕਰ ਲਓ, ਵਾਹਿਗੁਰੂ ਮੰਤਰ ਦਾ ਅਭਿਆਸ ਜਿੰਨਾ ਕਰ ਲਓ, ਫਿਰ ਮੈਂ ਮਿਲ ਜਾਂਦਾ। ਇਸ ਕਰਕੇ ਉਹ ਹਰ ਵਕਤ ਸਾਰਿਆਂ ਨਾਲ ਹੀ ਜੁੜਿਆ ਹੋਇਆ। ਦੋ ਕਾਲੰ ਪ੍ਰਣਾਸੀ, ਦੋ ਕਾਲ
ਦੋ ਖੋਟੇ ਸਮੇਂ, ਜੰਮਣਾ ਤੇ ਮਰਨਾ। ਇਹ ਜਿਹੜਾ ਨਾ ਜੰਮਣਾ ਤੇ ਮਰਨਾ, ਇਹਨੂੰ ਵਾਹਿਗੁਰੂ ਪ੍ਰਣਾਸੀ ਨਾਸ ਕਰ ਦਿੰਦੇ ਨੇ। ਜੰਮਣਾ ਮਰਨਾ ਜਿਹੜਾ ਇਹ ਦੋਨੋਂ ਹੀ ਮਾੜੇ ਆ, ਵਾਰ ਵਾਰ ਜੰਮਣਾ, ਵਾਰ ਵਾਰ ਮਰਨਾ। ਦੁਕਾਲ ਹੁੰਦਾ ਖੋਟਾ ਸਮਾਂ, ਖੋਟੇ ਸਮੇਂ ਨੂੰ ਤੁਸੀਂ ਨਾਸ ਕਰਦੇ ਹੋ, ਜੰਮਣੇ ਮਰਨੇ ਨੂੰ ਨਾਸ ਕਰਦੇ ਹੋ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਹੱਥ ਦੇ ਰੱਖ ਹੈ ਆਪਣੇ ਕਹੋ, ਸਾਸ ਸਾਸ ਪ੍ਰਤ ਪਾਲੇ। ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਇਸ ਕਰਕੇ ਤੁਸੀਂ ਖੋਟੇ ਸਮੇਂ ਨੂੰ ਪਹਿਲਾਂ ਹੀ ਨਾਸ ਕਰਨੇ। ਖੋਟਾ ਸਮਾਂ ਸਾਰਿਆਂ 'ਤੇ ਆਉਂਦਾ, ਪਰ ਜਿਨ੍ਹਾਂ ਦਾ ਨਾਸ ਕਰਦੇ ਹੋ ਉਹਨਾਂ ਨੂੰ ਪਹਿਲਾਂ ਹੀ ਜਣਾ ਦਿੰਦੇ ਹੋ ਕਿ ਇੱਥੇ ਮੁਸ਼ਕਲ ਹੈ, ਇੱਧਰ ਨਹੀਂ ਜਾਣਾ, ਪ੍ਰੇਰਣਾ ਦੇ ਦਿੰਦੇ ਹੋ। ਉਹਦੇ ਨਾਲ ਜੋ ਖੜ੍ਹੇ ਹੁੰਦੇ ਹੋ, ਦਿਆਲੰ ਸਰੂਪੇ, ਤੁਸੀਂ ਹਮੇਸ਼ਾ ਹੀ ਦਿਆਲ ਸਰੂਪ ਹੋ। ਕਦੇ ਵੀ ਕਿਸੇ ਨੂੰ ਕੁਛ ਨਹੀਂ ਕਹਿੰਦੇ, ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕਰਮ ਇਹੋ ਜਿਹੇ ਨੇ, ਅਸੀਂ ਆਪਣੇ ਕਰਮਾਂ ਦੇ ਚੱਕਰ ਵਿੱਚ ਆਪੇ ਹੀ ਇਉਂ ਫਸ ਗਏ ਜਿਵੇਂ ਮੱਕੜੀ ਆਪਣੇ ਜਾਲੇ ਵਿੱਚ ਫਸ ਜਾਂਦੀ ਖੁਦ। ਹੁਣ ਅਸੀਂ ਆਪਣੇ ਕਰਮਾਂ ਦੇ ਜਾਲੇ 'ਚ ਇਉਂ ਫਸੇ ਪਏ ਹਾਂ, ਸੱਚੇ ਪਾਤਸ਼ਾਹ ਤੁਸੀਂ ਦਿਆਲੂਓ ਸਾਨੂੰ ਕੱਢ ਲਓ। ਮੱਕੜੀ ਆਪਣੇ ਆਪ ਜਾਲੇ 'ਚੋਂ ਨਿਕਲ ਨਹੀਂ ਸਕਦੀ, ਉਹ ਮਰ ਜਾਂਦੀ ਹੈ। ਜੇ ਮੱਕੜੀ ਦਾ ਜਾਲਾ ਬਣਾਇਆ ਉਹ 'ਚ ਮੱਖੀ ਫਸ ਜਾਵੇ, ਮੱਖੀ ਜੇ ਆਪਾਂ ਫੜ ਕੇ ਕੱਢਦੀ ਤਾਂ ਨਿਕਲ ਜਾਊਗੀ ਅਤੇ ਮੱਖੀ ਵੀ ਉੱਥੇ ਮਰ ਜਾਂਦੀ ਹੈ। ਮਾਇਆ ਰੂਪੀ ਮੱਕੜੀ ਨੇ ਐਸਾ ਜਾਲਾ ਤਣਿਆ ਹੋਇਆ ਹੈ, ਆਪਾਂ ਉਹਦੇ 'ਚੋਂ ਨਿਕਲ ਨਹੀਂ ਸਕਦੇ। ਮਹਾਰਾਜ ਤੁਸੀਂ ਕੱਢ ਲਓ ਸਾਨੂੰ, ਹੇ ਦਿਆਲ ਜੀ, ਹੇ ਕਿਰਪਾਲੂ ਮਹਾਰਾਜ ਤੁਸੀਂ ਕੱਢ ਲਓ। ਜੇ ਬੇਨਤੀਆਂ ਕਰੀਏ ਤਾਂ ਮਹਾਰਾਜ ਕੱਢਣਗੇ ਆਪਾਂ ਨੂੰ, ਕਿਉਂਕਿ ਸਦਾ ਅੰਗ ਸੰਗੇ, ਉਹ ਹਮੇਸ਼ਾ ਸਾਡੇ ਅੰਗ ਅੰਗ ਰੋਮ ਰੋਮ ਦੇ ਨਾਲ ਨੇ। ਪ੍ਰਕਾਸ਼ ਰੂਪ ਵਿੱਚ ਜਿਵੇਂ ਪਾਣੀ ਦੇ ਵਿੱਚ ਆਪਾਂ ਸਰੋਵਰ ਵਿੱਚ ਪੂਰੇ ਡੁੱਬ ਜਾਈਏ ਥੱਲੇ ਤੱਕ, ਫਿਰ ਕਹੀਏ ਕਿ ਮੇਰੇ ਫਲਾਣੇ ਥਾਂ ਪਾਣੀ ਨਹੀਂ, ਪਾਣੀ ਤਾਂ ਹਰ ਜਗ੍ਹਾ ਨਾਲ ਲੱਗ ਗਿਆ, ਸੂਰਜ ਦੀ ਧੁੱਪ ਚਾਰੇ ਪਾਸੇ ਹੈ ਆਪਣੇ। ਇਸੇ ਪ੍ਰਕਾਰ ਕਹਿੰਦੇ ਸਦਾ ਅੰਗ ਸੰਗੇ, ਹਮੇਸ਼ਾ ਅੰਗ ਰਕਸ਼ਕ ਹੈ ਸਾਡਾ, ਉਹ ਸਾਰਿਆਂ ਅੰਗਾਂ ਦੀ ਰੱਖਿਆ ਕਰਨ ਵਾਲਾ, ਸਾਰੀਆਂ ਇੰਦਰੀਆਂ ਨੂੰ ਸੱਤਾ ਦੇਣ ਵਾਲਾ ਵਾਹਿਗੁਰੂ ਹੈ। ਅਭੰਗੰ ਵਿਭੂਤੇ, ਅਭੰਗੰ ਭੰਗ ਹੁੰਦਾ ਨਾਸ ਹੋਣਾ, ਅਭੰਗ ਨਾਸ ਤੋਂ ਰਹਿਤ ਵਿਭੂਤੀ ਹੈ ਤੁਹਾਡੀ ਨਾਮ ਦੀ। ਜਿਹੜਾ ਤੁਹਾਡੇ ਨਾਮ ਰੂਪੀ ਖਜ਼ਾਨਾ ਹੈ ਨਾ, ਇਹ ਨਾਸ ਤੋਂ ਰਹਿਤ ਹੈ। ਨਾਸ ਤੋਂ ਰਹਿਤ ਨਾਮ ਰੂਪ ਖਜ਼ਾਨਾ